ਨਵਾਂ ਖੜਾ 5-39D ਪਾਵਰ ਸਟੀਅਰਿੰਗ ਹੈ 21 ਮਾਡਲ ਹੈ ਟੌਪ ਮਾਡਲ ਹੈ ਠੀਕ ਹੈ ਜੀ ਅਤੇ 5,45,000 ਰੁਪਇਆ ਡਿਮਾਂਡ ਹੈ ਟਾਇਰ ਬਿਲਕੁਲ ਓਕੇ ਆ ਅਤੇ ਤੁਸੀਂ ਰੰਗ ਰੋਗਨ ਦਾ ਦੇਖ ਸਕਦੇ ਬਿਲਕੁਲ ਓਕੇ ਟਰੈਕਟਰ ਹੈ ਦੇਖ ਸਕਦੇ ਜੀ ਅਤੇ ਪਾਵਰ ਪ੍ਰੋ ਠੀਕ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਰਾਈਟਰ ਦੇ ਵਿੱਚ 5036 ਜੋਂਡੀਗਰ ਦਾ 5036D ਠੀਕ ਹੈ ਜੀ ਇਹ ਹੈਗਾ 17 ਮਾਡਲ ਹੈ 4,35,000 ਰੁਪਇਆ ਡਿਮਾਂਡ ਹੈ ਪਾਵਰ ਸਟੀਅਰਿੰਗ ਕੰਡੀਸ਼ਨ ਤੁਹਾਡੇ ਸਾਹਮਣੇ ਅਤੇ ਜੇ ਕਿਸੇ ਨੇ ਐਡ ਪਾਉਣੀ ਹੈ ਤਾਂ ਆਪਣਾ ਨੰਬਰ ਹੈਗਾ 87-288-5,680 ਜੋ ਕਿ ਚੈਨਲ ਦਾ ਨੰਬਰ ਹੈ ਨਾ ਅਤੇ ਇਹ ਹੈਗਾ ARB 3 ਗੇਅਰਾਂ 'ਚ ਹੈ ARB ਆਰ ਤੇ ਰਿਵਰਸ ਮੰਨ ਲਓ ਹਾਈ ਵਾਲਾ ਹੀ ਆ ਗਿਆ ਅਤੇ ਇੱਧਰ ਤੁਸੀਂ ਦੇਖ ਸਕਦੇ ਕੰਡੀਸ਼ਨ ਅਤੇ ਸਾਰਿਆਂ ਦਾ ਸਵਾਗਤ ਆਪਣੇ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ 'ਤੇ ਅੱਜ ਸ਼ੁਰੂ ਕਰਾਂਗੇ ਆਪਾਂ ਫਾਰਮ ਟਰੈਕ 60 ਟਰੈਕਟਰ ਤੋਂ ਫਤਿਹਾਵਾਂ ਟਰੈਕਟਰ ਮੰਡੀ 17 ਮਾਡਲ ਹੈ 5,20,000 ਰੁਪਇਆ ਡਿਮਾਂਡ ਹੈ ਅਤੇ ਕੰਡੀਸ਼ਨ ਤੁਹਾਡੇ ਸਾਹਮਣੇ ਟਾਇਰ ਬਿਲਕੁਲ ਓਕੇ ਨੇ ਸਾਈਡ ਗੇਅਰ ਹੈ ਰੰਗ ਰੂਗਨ ਦਾ ਬਿਲਕੁਲ ਓਕੇ ਆ ਦੇਖ ਸਕਦੇ ਕੰਡੀਸ਼ਨ ਤੁਸੀਂ ਫਾਰਮ ਟਰੈਕ 60 EPI ਕਲਾਸਿਕ ਮਾਡਲ ਹੈ T20 ਸਪੀਡ ਬੋਕਸ ਹੈ ਨਾ 20 ਸਪੀਡ 'ਚ ਆ ਜਾਂਦਾ ਅਗਲੀ ਸਾਈਡ ਹੈਗਾ ਸਕੋਟ 430 ਇਹ ਹੈਗਾ ਸਿੰਪਲ ਸਟੀਅਰਿੰਗ ਹੈ 1999 ਮਾਡਲ ਹੈ 1,30,000 ਰੁਪਇਆ ਡਿਮਾਂਡ ਹੈ ਟਾਇਰ ਅਗਲੇ ਨਵੇਂ ਨੇ ਮਗਰਲੇ ਦੇਖ ਸਕਦੇ ਜੀ ਤੁਸੀਂ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਾਕੀ ਅਤੇ ਰੰਗ ਰੋਗਨ ਤੁਹਾਨੂੰ ਥੋੜ੍ਹਾ ਜਿਹਾ ਦਿਖਾ ਦਿੰਦੇ ਹਾਂ ਕੰਡੀਸ਼ਨ ਦਾ ਹੈ ਨਾ ਫਤਿਹਾਵਾਂ ਟਰੈਕਟਰ ਮੰਡੀ ਹਰਿਆਣਾ ਦੀ ਮੰਡੀ ਹੈ ਹਿਸਾਰ ਤੋਂ ਮੈਨੂੰ ਲੱਗਦਾ 35-40-50 ਕਿਲੋਮੀਟਰ ਪੈਂਦੀ ਆ ਅਰਜਨ 605 ਠੀਕ ਹੈ ਜੀ ਅਤੇ ਟਾਇਰ ਓਕੇ ਨੇ 10 ਮਾਡਲ ਹੈ 3,70,000 ਰੁਪਇਆ ਡਿਮਾਂਡ ਹੈ ਪਾਵਰ ਸਟੀਅਰਿੰਗ ਹੈ ਜੀ ਦੇਖ ਸਕਦੇ ਤੁਸੀਂ ਅਰਜਨ 605 DI ਟਾਇਰ ਓਕੇ ਨੇ ਮਗਰਲੇ ਤਾਂ ਨਵੇਂ ਹੀ ਲਾ ਲਓ ਅਗਲੇ ਹੈਗੇ ਆ 40% ਹੈਗੇ ਨੇ ਅਤੇ ਫਾਰਮ ਟਰੈਕ 60 ਸਿੰਪਲ ਸਟੀਅਰਿੰਗ ਹੈ ਅਤੇ ਜੇ ਗੱਲ ਕੀਤੀ ਜਾਵੇ 6 ਮਾਡਲ ਹੈ 2,25,000 ਰੁਪਇਆ ਡਿਮਾਂਡ ਹੈ ਸਿੰਪਲ ਸਟੀਅਰਿੰਗ ਹੈ ਅਗਲੇ ਟਾਇਰ ਥੱਲੇ ਨੇ 30% ਨੇ ਮਗਰਲੇ ਹੈਗੇ ਆ 40-50 ਅਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਦੇਖ ਸਕਦੇ ਜੀ ਇਸ ਸਾਈਡ ਜੋਨ ਡੀਅਰ 5310 11 ਮਾਡਲ ਹੈ ਅਤੇ 4,75,000 ਰੁਪਇਆ ਡਿਮਾਂਡ ਹੈ ਅਤੇ ਜੇ ਗੱਲ ਕੀਤੀ ਜਾਵੇ ਪਾਵਰ ਸਟੀਅਰਿੰਗ ਹੈ ਟਾਇਰ ਠੀਕ ਨੇ ਕੰਡੀਸ਼ਨ ਬਾਕੀ ਤੁਹਾਡੇ ਸਾਹਮਣੇ ਦੇਖ ਸਕਦੇ 5310 V2 ਠੀਕ ਹੈ ਜੀ ਅਤੇ ਕਈਆਂ ਦੇ ਕਾਫੀ ਕਮੈਂਟ ਜੁੜੇ ਪਏ ਨੇ ਮੈਂ ਕਮੈਂਟਾਂ ਦਾ ਰਿਪਲਾਈ ਨਹੀਂ ਦੇ ਰਿਹਾ ਅਜੇ ਥੋੜ੍ਹਾ ਰੋਕ ਕੇ ਦੇਵਾਂਗੇ ਇਸ ਸਾਈਡ ਜੋਨ ਡੀਅਰ ਨਵਾਂ ਖੜਾ 5-39D ਪਾਵਰ ਸਟੀਅਰਿੰਗ ਹੈ 21 ਮਾਡਲ ਹੈ ਟੌਪ ਮਾਡਲ ਹੈ ਠੀਕ ਹੈ ਜੀ ਅਤੇ 5,45,000 ਰੁਪਇਆ ਡਿਮਾਂਡ ਹੈ ਟਾਇਰ ਬਿਲਕੁਲ ਓਕੇ ਆ ਅਤੇ ਤੁਸੀਂ ਰੰਗ ਰੋਗਨ ਦਾ ਦੇਖ ਸਕਦੇ ਬਿਲਕੁਲ ਓਕੇ ਟਰੈਕਟਰ ਦੇਖ ਸਕਦੇ ਜੀ ਅਤੇ ਪਾਵਰ ਪ੍ਰੋ ਠੀਕ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਰਾਈਟਰ ਦੇ ਵਿੱਚ 5036 ਜੋਂਡੀਗਰ ਦਾ 5036D ਠੀਕ ਹੈ ਜੀ ਇਹ ਹੈਗਾ 17 ਮਾਡਲ ਹੈ 4,35,000 ਰੁਪਇਆ ਡਿਮਾਂਡ ਹੈ ਪਾਵਰ ਸਟੀਅਰਿੰਗ ਕੰਡੀਸ਼ਨ ਤੁਹਾਡੇ ਸਾਹਮਣੇ ਅਤੇ ਜੇ ਕਿਸੇ ਨੇ ਐਡ ਪਾਉਣੀ ਹੈ ਤਾਂ ਆਪਣਾ ਨੰਬਰ ਹੈਗਾ 87-288-5,680 ਜੋ ਕਿ ਚੈਨਲ ਦਾ ਨੰਬਰ ਹੈ ਨਾ ਅਤੇ ਇਹ ਹੈਗਾ ARB 3 ਗੇਅਰਾਂ 'ਚ ਹੈ ARB ਆਰ ਤੇ ਰਿਵਰਸ ਮੰਨ ਲਓ ਹਾਈ ਵਾਲਾ ਹੀ ਆ ਗਿਆ ਅਤੇ ਇੱਧਰ ਤੁਸੀਂ ਦੇਖ ਸਕਦੇ ਕੰਡੀਸ਼ਨ ਅਤੇ ਨਿਊ ਹੋਲੈਂਡ ਦਾ 36D 13 ਮਾਡਲ ਹੈ 4,60,000 ਰੁਪਇਆ ਡਿਮਾਂਡ ਹੈ ਪਾਵਰ ਸਟੀਅਰਿੰਗ ਹੈ ਕੰਡੀਸ਼ਨ ਬਿਲਕੁਲ ਓਕੇ ਆ ਇਸ ਸਾਈਡ ਨਿਊ ਹੋਲੈਂਡ 36D ਇਹ ਹੈਗਾ 15 ਮਾਡਲ ਹੈ 5,45,000 ਰੁਪਇਆ ਡਿਮਾਂਡ ਹੈ ਅਤੇ 5620 ਨਿਊ ਹੋਲੈਂਡ ਦਾ 21 ਮਾਡਲ 8,90,000 ਰੁਪਇਆ ਡਿਮਾਂਡ ਹੈ ਦੇਖ ਸਕਦੇ ਤੁਸੀਂ ਅਤੇ 3230 14 ਮਾਡਲ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਸਿੰਪਲ ਸਟੀਅਰਿੰਗ ਹੈ ਦੇਖ ਸਕਦੇ ਤੁਸੀਂ ਅਤੇ ਮਗਰਾੜ ਲੱਗੇ ਹੋਏ ਨੇ ਟਾਇਰ ਬਿਲਕੁਲ ਓਕੇ ਆ ਨਿਊ ਹੋਲੈਂਡ 36 ਇਹ ਹੈਗਾ ਜੀ ਮਾਡਲ ਹੈਗਾ 11 ਮਾਡਲ ਹੈ 4,25,000 ਰੁਪਇਆ ਡਿਮਾਂਡ ਹੈ 36 ਦੀ ਕੰਡੀਸ਼ਨ ਤੁਹਾਡੇ ਸਾਹਮਣੇ ਦੇਖ ਸਕਦੇ ਜੀ ਫਤਿਹਾਬਾਦ ਹਰਿਆਣਾ ਟਰੈਕਟਰ ਮੰਡੀ 'ਚ ਆਏ ਹੋਏ ਸੀ ਦੇਖ ਸਕਦੇ ਕੰਡੀਸ਼ਨ ਤੁਸੀਂ ਅਤੇ ਇਸ ਸਾਈਡ 4-wheel drive 5620 ਨਿਊ ਹੋਲੈਂਡ 5620 ਵਾਲਿਆਂ ਲਈ ਨੰਬਰ ਆ ਨੋਟ ਕੀਤੇ ਹੋਏ ਕਰ ਲਓ 94164023-93 ਠੀਕ ਹੈ ਜੀ ਇਹ ਨੰਬਰ ਨੇ ਇਹਨਾਂ ਤੁਸੀਂ ਨਿਊ ਹੋਲੈਂਡ ਵਾਲਿਆਂ ਦਾ ਲਿਜਾ ਸਕਦੇ ਕੋਈ ਵੀ ਟਰੈਕਟਰ ਪੁੱਛ ਕੇ 5620 ਰਿਵਰਸ PTO ਹੈਗਾ 20 ਮਾਡਲ ਹੈ 9,55,000 ਰੁਪਇਆ ਡਿਮਾਂਡ ਹੈ 4-wheel drive ਆ ਦੇਖ ਸਕਦੇ ਕੰਡੀਸ਼ਨ ਤੁਸੀਂ
न्यू होलैंड पंजाबी यह है 21 मॉडल है 9,55,000 रुपया डिमांड है 9,55,000 रुपया डिमांड है देख सकते कंडीशन तुसी टायर बिल्कुल ओके आ ते ऐस साइड पियां एचपी दा ते 20 मॉडल है 6,45,000 रुपया डिमांड है 3630 दा 12+3 स्पीड है ना ते हाई स्पीड दे नाल आउंदा देख सकते कंडीशन तुसी 50 एचपी दा कैटेगरी दा ट्रैक्टर है एस साइड भी 3630 न्यू होलैंड दा नंबर देता है इसे वीडियो दे विच स्टार्टिंग जी ते आ 2-2.5 मिनट दे विच सिंपल स्टीयरिंग है 3630 जे गल कीती जावे इहदे प्राइस दी यह है 3,60,000 मॉडल है 8 ठीक है टायर अगले नवे ने मगरले भी 80% पे ने देख सकते तुसी कंडीशन तुहाडे सामने आ सिंपल स्टीयरिंग है देख सकते सिंपल स्टीयरिंग है ते इधरली साइड न्यू होलैंड आ नवा आया इस वारी ट्रैक्टर पहला नहीं सी 56-20 ठीक है जी टायर तुसी देख सकते किन्ने बाहर नूं आ किन्ना डिफरेंस है अगले भी दूजे पाए हुए ने 1016 दे आ मैनूं लगदा ठीक है जी ते 3 लैणां वाले पावर स्टीयरिंग है ते 21 मॉडल है 8,95,000 रुपया डिमांड है ते पलेंटरी प्लेटफार्म चाहिए जी देख सकते पलेंटरी प्लेटफार्म चाहिए 8 मॉडल है 56-20 आ पलेंटरी प्लेटफार्म है देख सकते तुसी कंडीशन टायरों की देख सकते जी कंडीशन इन्ने बाहर ने मगर आर्ट मॉडिफाई थोड़ा करिया होया देख सकते जी रिवर्स पीटीओ है न्यू होलैंड 3230 ਇਹ ਹੈਗਾ ਜੀ 21 ਮਾਡਲ ਹੈ 5,60,000 ਰੁਪਇਆ ਡਿਮਾਂਡ ਹੈ ਪਾਵਰ ਸਟੀਅਰਿੰਗ ਹੈ ਅਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਟਾਇਰ ਨਵੇਂ ਨੇ ਦੇਖ ਸਕਦੇ ਜੇ ਬਿਲਕੁਲ ਓਕੇ ਕੰਡੀਸ਼ਨ ਦਾ ਟਰੈਕਟਰ ਹੈ